ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਕੁਛ ਕੁ ਅਪਡੇਟਸ ਆਈਆਂ ਨੇ ਕੈਨੇਡਾ ਤੋਂ, 4 ਨਵੀਆਂ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬੜੀਆਂ ਜ਼ਰੂਰੀ ਨੇ। ਜਿਵੇਂ ਕਿ ਅਸੀਂ ਤੁਹਾਨੂੰ ਸਮੇਂ ਸਮੇਂ 'ਤੇ ਇਨਫੋਰਮੇਟਿਵ ਵੀਡੀਓ ਦੁਆਰਾ ਅਲੱਗ ਅਲੱਗ ਵਿਸ਼ੇ 'ਤੇ ਤੁਹਾਨੂੰ ਗਾਈਡ ਕਰਦੇ ਰਹਿੰਦੇ ਕਿ ਕਿਵੇਂ ਤੁਸੀਂ ਆਪਦੇ ਫੰਡ ਦਿਖਾਉਣੇ ਹੈ, ਕਿਵੇਂ ਤੁਸੀਂ ਆਪਦੀ ਐਪਲੀਕੇਸ਼ਨ ਲਾਉਣੀ ਹੈਗੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ, ਇਸੇ ਦੇ ਨਾਲ ਨਾਲ ਅਸੀਂ ਤੁਹਾਨੂੰ ਜਿਹੜੀਆਂ ਨਵੀਆਂ ਅਪਡੇਟਸ ਆਉਂਦੀਆਂ ਨੇ ਉਹਨਾਂ ਤੋਂ ਵੀ ਜਾਣੂ ਕਰਵਾਉਂਦੇ ਹਾਂ। ਸੋ 4 ਅਪਡੇਟ ਨਵੀਆਂ ਨੇ, ਜਿਹਦੇ ਵਿੱਚੋਂ ਜਿਹੜੀ ਪਹਿਲੀ ਅਪਡੇਟ ਇਹ ਹੈ ਕਿ ਜਿਹੜੇ ਮੇਰੇ ਵੀਰ ਭੈਣ ਭਰਾ PR ਦੀ ਫਾਈਲ ਲਾ ਰਹੇ ਨੇ, 1 ਮਈ ਤੋਂ ਜਿਹੜੀ PR ਦੀ ਫੀਸ ਰੱਖੀ ਹੈ ਕੈਨੇਡਾ ਨੇ, ਉਹ ਪਹਿਲਾਂ ਤੋਂ 12-15% ਹੁਣ ਵੱਧ ਹੋਏਗੀ। ਸੋ ਜਿਨ੍ਹਾਂ ਨੇ ਫਾਈਲ ਲਾਉਣੀ ਹੈ, ਜਿੰਨੀ ਪਹਿਲਾਂ ਫੀਸ ਸੀਗੀ ਤੁਸੀਂ ਉਸ ਮੁਤਾਬਕ ਕੈਲਕੂਲੇਟ ਕਰ ਸਕਦੇ ਹੋ ਕਿ ਹੁਣ ਤੁਹਾਨੂੰ ਜਿਹੜੀ ਫੀਸ ਹੈ ਉਹ 12-15% ਵਾਧੂ ਦੇਣੀ ਪੈ ਸਕਦੀ ਹੈਗੀ ਹੈ, ਕਿਉਂਕਿ ਕੈਨੇਡਾ ਸਮੇਂ ਸਮੇਂ 'ਤੇ ਆਪਦੀ ਜਿਹੜੀ ਫੀਸ ਹੈਗੀ ਹੈ ਉਹ ਵੱਖਰੀ ਕੈਟੇਗਰੀ ਲਈ ਵਧਾਉਂਦਾ ਰਹਿੰਦਾ ਹੈਗਾ, ਚਾਹੇ ਟੂਰਿਸਟ ਵੀਜ਼ਾ ਨੂੰ ਲੈ ਕੇ ਹੋਵੇ, ਚਾਹੇ PR ਨੂੰ ਲੈ ਕੇ ਹੋਵੇ, ਵਰਕ ਪਰਮਿਟ ਲੈ ਕੇ ਹੋਵੇ। ਸੋ ਜਿਹੜੀ ਲੇਟੈਸਟ ਅਪਡੇਟ ਹੈ ਕਿ PR ਵਾਲਿਆਂ ਲਈ 1 ਮਈ ਤੋਂ ਜਿਹੜੀ ਪ੍ਰੋਸੈਸਿੰਗ ਫੀਸ ਹੈ ਉਹ 12-15% ਵੱਧ ਹੋ ਸਕਦੀ ਹੈ। ਅਗਲੀ ਜਿਹੜੀ ਅਪਡੇਟ ਹੈਗੀ ਹੈ ਉਹ ਸਟੂਡੈਂਟ ਨੂੰ ਲੈ ਕੇ ਹੈ, ਸਟੂਡੈਂਟ ਦੇ ਕੰਮ ਕਾਰ ਨੂੰ ਲੈ ਕੇ ਹੈ। ਪਹਿਲਾਂ ਕੀ ਸੀ ਕਿ ਤੁਸੀਂ 40 ਘੰਟੇ ਤੱਕ ਵੀ ਕੰਮ ਕਰ ਸਕਦੇ ਸੀ, ਯਾਨੀ ਕਿ 1 ਟਾਈਮ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਸੀ, ਫਿਰ ਕਾਫੀ ਸਮੇਂ ਤੋਂ 24 ਘੰਟੇ ਤੱਕ ਤੁਸੀਂ ਕੰਮ ਕਰ ਸਕਦੇ ਸੀਗੇ, ਹੁਣ ਘਟਾ ਕੇ ਜਿਹੜਾ ਹੈਗਾ ਉਹ 20 ਘੰਟੇ ਕਰ ਦਿੱਤਾ ਗਿਆ। ਪਰ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਮਿਸਟਰ ਮਾਰਕ ਮਿਲਰ ਦਾ ਬਿਆਨ ਹੈ ਉਹਦੇ ਮੁਤਾਬਕ ਉਹ ਸੋਚ ਰਹੇ ਨੇ ਕਿ ਸਟੂਡੈਂਟ ਨੂੰ 20 ਘੰਟੇ ਜਿਹੜਾ ਕੰਮ ਹੈ ਉਹ ਘੱਟ ਹੈ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ 20 ਘੰਟੇ ਤੋਂ ਵਧਾ ਕੇ 30 ਘੰਟੇ ਕਰ ਦਿੱਤਾ ਜਾਵੇ। ਅਗਲੀ ਜਿਹੜੀ ਅਪਡੇਟ ਹੈਗੀ ਹੈ ਉਹ ਇਲੀਗਲ ਇਮੀਗ੍ਰੈਂਟ ਨੂੰ ਲੈ ਕੇ ਹੈਗੀ ਹੈ, ਖਾਸ ਕਰਕੇ ਜਿਹੜੇ ਟੂਰਿਸਟ ਵੀਜ਼ੇ 'ਤੇ ਕੈਨੇਡਾ ਜਾ ਕੇ ਆਪਦਾ ਕੋਈ ਸਟੇਟਸ ਚੇਂਜ ਨਹੀਂ ਕਰਦੇ, ਇਲੀਗਲ ਹੋ ਜਾਂਦੇ ਨੇ, ਜਾਂ ਜਿਹੜੇ ਵਰਕ ਪਰਮਿਟ ਐਕਸਟੈਂਡ ਨਹੀਂ ਕਰਾਉਂਦੇ ਇਲੀਗਲ ਹੋ ਜਾਂਦੇ ਨੇ, ਕਈ ਸਟੂਡੈਂਟ ਆਊਟ ਆਫ ਸਟੇਟਸ ਹੋ ਜਾਂਦੇ ਨੇ। ਸੋ ਜਿੰਨੇ ਵੀ ਇਲੀਗਲ ਬੰਦੇ ਹੈਗੇ ਹੈ ਕੈਨੇਡਾ ਦੇ ਵਿੱਚ, ਸੋ ਕੈਨੇਡੀਅਨ ਗੌਰਮੈਂਟ ਨੇ ਇੱਕ ਟੀਚਾ ਮਿਥਿਆ ਹੈ ਕਿ ਦਸੰਬਰ ਤੱਕ 5 ਲੱਖ ਤੱਕ ਲੋਕਾਂ ਨੂੰ ਡਿਪੋਰਟ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ। ਅਗਲਾ ਜਿਹੜਾ ਅਪਡੇਟ ਹੈ ਉਹ ਵਰਕ ਪਰਮਿਟ ਨੂੰ ਲੈ ਕੇ ਹੈ, LMI ਨੂੰ ਲੈ ਕੇ ਹੈ, ਕਿ ਜਿਹੜੇ ਵੀ ਇੰਪਲਾਇਰ ਆਊਟ ਆਫ ਕੈਨੇਡਾ ਤੋਂ ਬੰਦੇ ਸੱਦੇ ਹੈਗੇ ਨੇ, LMI ਇਸ਼ੂ ਕਰਦੇ ਨੇ, ਉਹਨਾਂ ਨੂੰ ਹੁਣ 6 ਮਹੀਨੇ ਦੇ ਵਿੱਚ ਜਿਹੜਾ ਇੰਪਲਾਈ ਹੈਗਾ ਜਿਹਨੂੰ LMI ਇਸ਼ੂ ਕੀਤੀ ਹੈ ਉਹਨੂੰ ਕੈਨੇਡਾ ਬੁਲਾਉਣਾ ਲਾਜ਼ਮੀ ਹੋਏਗਾ। ਸੋ ਇਹ ਦੋਸਤੋ 4 ਤਰ੍ਹਾਂ ਦੇ ਅਪਡੇਟ ਸੀਗੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸਮੇਂ ਸਮੇਂ 'ਤੇ ਅਸੀਂ ਜਿਹੜੀਆਂ ਵੀ ਅਪਡੇਟਸ ਆਉਂਦੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।